ਇਸ ਵੇਲੇ ਮੈਂ ਦ부ਰਜੀ ਪਿੰਡ ਦੇ ਉਸੇ ਘਰ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੀਆਂ ਸੀਸੀਟੀਵੀ ਜਿਹੜੀਆਂ ਤਸਵੀਰਾਂ ਨੇ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਤਾਂ ਇਸ ਵੇਲੇ ਮੈਂ ਉਸ ਘਰ ਦੇ ਵਿਹੜੇ ਦੇ ਵਿੱਚ ਹਾਂ ਔਰ ਸਭ ਤੋਂ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇੱਕ ਵੱਡਾ ਘਰ ਹੈ ਪਿੰਡ ਦੇ ਵਿੱਚ ਜਿਸ ਤਰ੍ਹਾਂ ਜ਼ਿੰਮੇਦਾਰਾਂ ਤੇ ਜਿਹੜੇ ਵੱਡੇ ਘਰ ਹੁੰਦੇ ਨੇ ਤਾਂ ਸਾਹਮਣੇ ਤੁਸੀਂ ਦੇਖੋ ਕਿ ਇਹ ਘਰ ਦਾ ਮੇਨ ਗੇਟ ਹੈ ਔਰ ਮੇਨ ਗੇਟ ਤੋਂ ਅੱਗੇ ਫੁੱਲਾ ਵੇੜਾ ਹੋਰ ਇਸ ਤੋਂ ਬਾਅਦ ਅੱਗੇ ਘਰ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਰਸੀਡੀਜ਼ ਗੱਡੀ ਜਿਸ ਦਾ ਸਵੇਰ ਤੋਂ ਲਗਾਤਾਰ ਜ਼ਿਕਰ ਹੋ ਰਿਹਾ ਕਿ ਸਭ ਤੋਂ ਪਹਿਲਾਂ ਜਿਹੜੇ ਦੋ ਬਦਮਾਸ਼ ਆਉਂਦੇ ਨੇ ਇਸ ਮਰਸੀਡੀਜ਼ ਗੱਡੀ ਬਾਰੇ ਜਾਣਕਾਰੀ ਉਹਨਾਂ ਵੱਲੋਂ ਮੰਗੀ ਜਾਂਦੀ ਹੈ ਗੱਡੀ ਦੀ ਆਰਸੀ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਚੁਕਚੈਨ ਸਿੰਘ ਉਹਨਾਂ ਨੂੰ ਇਨਕਾਰ ਕਰਦਾ ਰ ਉਸ ਤੋਂ ਬਾਅਦ ਇਸ ਪਾਸੇ ਜਿਹੜਾ ਪੂਰਾ ਜਿਹੜਾ ਸਾਰਾ ਘਟਨਾ ਕ੍ਰਮ ਹੈ ਉਹ ਉਸ ਵੇਲੇ ਵਾਪਰਦਾ ਤਾਂ ਸੀਸੀਟੀਵੀ ਕੈਮਰੇ ਘਰ ਦੇ ਵਿੱਚ ਥਾਂ ਥਾਂ ਤੇ ਲੱਗੇ ਹੋਏ ਨੇ ਕਿਉਂਕਿ ਘਰ ਦੇ ਵਿੱਚ ਮਹਿੰਗੀਆਂ ਗੱਡੀਆਂ ਨੇ ਹੋਰ ਸਮਾਨ ਹੈ ਔਰ ਵੱਡਾ ਘਰ ਹੈ ਤਾਂ ਇਸ ਕਰਕੇ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਜੋ ਹੈ ਘਰ ਦੇ ਹਰ ਇੱਕ ਕੋਨੇ ਤੇ ਹਰ ਇੱਕ ਪਾਸੇ ਦੇ ਉੱਤੇ ਨਜ਼ਰ ਰੱਖੀ ਜਾਂਦੀ ਹੈ ਤਾਂ ਤੁਸੀਂ ਦੇਖੋ ਕਿ ਇੱਧਰ ਵੀ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ ਘਰ ਦੇ ਅੰਦਰ ਵੀ ਸੀਸੀਟੀਵੀ ਕੈਮਰੇ ਨੇ ਤਾਂ ਇੱਕ ਕੈਮਰਾ ਬਿਲਕੁਲ ਇੱਥੇ ਜੋ ਕਿਉਂਕਿ ਇਹ ਜਿਹੜੀ ਮੇਨ ਐਂਟਰੈਂਸ ਤੋਂ ਬਾਅਦ ਜਿਹੜਾ ਇਸ ਪਾਸੇ ਨੂੰ ਰਸਤਾ ਜਾਂਦਾ ਤਾਂ ਇਸ ਦੀ ਨਿਗਰਾਨੀ ਦੇ ਲਈ ਇੱਥੇ ਕੈਮਰਾ ਲਗਾਇਆ ਗਿਆ ਤਾਂ ਇਹ ਸਾਰੇ ਜਿਹੜੇ ਸੀਸੀਟੀਵੀ ਕੈਮਰੇ ਨੇ ਵਕ-ਵਕ ਐਂਗਲ ਦੇ ਉੱਤੇ ਲੱਗੇ ਹੋਏ ਨੇ ਤਾਂ ਕਿ ਘਰ ਦੇ ਹਰ ਪਾਸੇ ਦੇ ਉੱਤੇ ਨਜ਼ਰ ਕੀ ਜਾ ਸਕੇ ਪਰ ਅੱਜ ਉਸ ਵੇਲੇ ਇੱਕ ਜਦੋਂ ਮੰਦ ਭਾਗੀ ਘਟਨਾ ਅਸੀਂ ਕਹਿ ਸਕਦੇ ਹਾਂ ਕਿ ਦੋ ਬਦਮਾਸ਼ ਜਿਹੜੇ ਨੇ ਉਹ ਆ ਕੇ ਸੁਖਚੰਦ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਨੇ ਉਸ ਵੇਲੇ ਘਰ ਦੇ ਵਿੱਚ ਦੋ ਬੱਚੇ ਛੋਟੇ ਜਿਹੜੀ ਬਜ਼ੁਰਗ ਮਾਤਾ ਔਰ ਜਿਹੜੀ ਸੁਖਚੰਦ ਸਿੰਘ ਦੀ ਪਤਨੀ ਹੈ ਉਹ ਘਰ ਦੇ ਵਿੱਚ ਮੌਜੂਦ ਸੀ ਤਾਂ ਇਸ ਵੇਲੇ ਕਿਉਂਕਿ ਜਿਸ ਜਿਸ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗ ਰਿਹਾ ਤਾਂ ਹਰ ਕੋਈ ਆ ਕੇ ਪਰਿਵਾਰ ਦੇ ਨਾਲ ਜੋ ਹੈ ਉਹ ਦੁੱਖ ਵੀ ਸਾਂਝਾ ਕਰ ਰਿਹਾ ਔਰ ਆ ਕੇ ਪਤਾ ਲਿਆ ਜਾ ਰਿਹਾ ਕਿਉਂਕਿ ਸੁਖਚੰਦ ਸਿੰਘ ਦੀ ਜਿਹੜੀ ਤਬੀਅਤ ਹੈ ਉਹ ਫਿਲਹਾਲ ਕਿਉਂਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੁਰੰਤ ਤਾਂ ਉੱਥੇ ਜੇਰੇ ਇਲਾਜ ਨੇ ਤਾਂ ਇਹ ਘਰ ਦੇ ਅੰਦਰ ਤੁਸੀਂ ਦੇਖੋ ਕਿ ਲੌਬੀ ਦੇ ਵਿੱਚ ਆ ਅਸੀਂ ਔਰ ਇੱਥੇ ਵੀ ਸੀਸੀਟੀਵੀ ਕੈਮਰਾ ਜੋ ਹੈ ਇੱਕ ਬਿਲਕੁਲ ਕਾਰਨਰ ਦੇ ਉੱਤੇ ਜਿੱਥੇ ਉਹਨਾਂ ਦਾ ਬੈਡਰੂਮ ਹੈ ਉਸਦੇ ਠੀਕ ਬਾਹਰ ਇੱਕ ਸੀਸੀਟੀਵੀ ਕੈਮਰਾ ਹੈ ਤਾਂ ਇਹਨਾਂ ਕੈਮਰਿਆਂ ਦੀ ਮਦਦ ਦੇ ਨਾਲ ਹੀ ਸਵੇਰ ਦਾ ਜਿਹੜਾ ਪੂਰਾ ਘਟਨਾਕ੍ਰਮ ਜੋ ਘਰ ਦੇ ਵਿੱਚ ਵਾਪਰਦਾ ਹੈ ਤਾ ਉਹ ਇਨਾ ਕੈਮਰਿਆਂ ਦੇ ਵਿੱਚ ਹੀ ਕੈਦ ਹੋਇਆ ਔਰ ਉਸ ਕਰਕੇ ਹਰ ਕੋਈ ਹੈਰਾਨ ਵੀ ਹੋ ਰਿਹਾ ਹੈ ਛੋਟੇ ਬੱਚੇ ਜਿਹੜੇ ਨੇ ਉਹ ਉਹ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਡੇ ਪਾਪਾ ਨੂੰ ਇਸ ਤਰੀਕੇ ਦੇ ਨਾਲ ਨਾ ਮਾਰੋ ਲਾਜ਼ਮੀ ਤੌਰ ਤੇ ਪੁਲਿਸ ਵੱਲੋਂ ਸਾਰੇ ਪਹਿਲੂਆਂ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਪਰ ਕਿਉਂਕਿ ਪੁਲਿਸ ਹਾਲੇ ਫਿਲਹਾਲ ਇਸ ਮਾਮਲੇ ਦੇ ਵਿੱਚ ਕੁਝ ਵੀ ਡਿਸਕਲੋਜ਼ ਨਹੀਂ ਕਰ ਰਹੀ ਆ ਆਮ ਤੌਰ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਵਾਪਰ ਕਰਦਾਵਾ ਵਾਪਰਦੀਆਂ ਨੇ ਤਾਂ ਪੁਲਿਸ ਵੱਲੋਂ ਜਿਹੜੀ ਆਪਣੀ ਇਨਵੈਸਟੀਗੇਸ਼ਨ ਹੈ ਉਸ ਦੇ ਬਾਰੇ ਬਹੁਤੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਹੁਣ ਮੈਂ ਬਾਹਰ ਤੋਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਕਿਸ ਪਾਸਿਓ ਉਹ ਜਿਹੜੇ ਦੋ ਹਮਲਾਵਰ ਨੇ ਜਾਂ ਦੋ ਬਦਮਾਸ਼ ਜਿਹੜੇ ਨੇ ਹਾਲਾਂਕਿ ਜਾਂਚ ਤੋਂ ਬਾਅਦ ਸਪਸ਼ਟ ਹੋਏਗਾ ਕਿ ਉਹ ਲੋਕ ਆਖਿਰਕਾਰ ਕੌਣ ਨੇ ਪਰ ਇਸ ਵੇਲੇ ਪਰਿਵਾਰ ਸਦਮੇ ਦੇ ਵਿੱਚ ਹੈ ਕਿਉਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਬੜੇ ਗਲਤ ਤਰੀਕੇ ਦੇ ਨਾਲ ਜੋ ਹੈ ਨਿਸ਼ਾਨਾ ਬਣਾਇਆ ਗਿਆ ਤਾਂ ਬਾਹਰ ਇੱਕ ਜਿਹੜੀ ਤਸਵੀਰ ਦੇ ਵਿੱਚ ਅਸੀਂ ਦੇਖ ਰਹੇ ਕਿ ਇੱਕ ਬਾਈਕ ਵੀ ਖੜੀ ਹੋਈ ਨਜ਼ਰ ਆ ਰਹੀ ਹੈ ਤਾਂ ਪੁਲਿਸ ਅਧਿਕਾਰੀ ਸਵੇਰ ਤੋਂ ਹੀ ਲਗਾਤਾਰ ਪਹੁੰਚ ਕੇ ਇੱਥੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਔਰ ਜਿਸ ਤਰ੍ਹਾਂ ਜੋ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਪਹਿਲਾਂ ਵੀ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਰਹੀਆਂ ਨੇ ਤਾਂ ਸ਼ੱਕ ਕਿਤਨਾ ਕਿਤੇ ਜਿਹੜੀ ਪਹਿਲੀ ਪਤਨੀ ਹੈ ਉਸਦੇ ਪਰਿਵਾਰ ਵਾਲਿਆਂ ਤੇ ਤਾਂ ਇਹ ਰੋਡ ਹੈ ਇਤੋਂ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਜਿਹੜੀ ਲਿੰਕ ਰੋਡ ਨਜ਼ਰ ਆ ਰਹੀ ਹੈ ਬਿਲਕੁਲ ਸਾਹਮਣੇ ਜਿਹੜਾ ਨੈਸ਼ਨਲ ਹਾਈਵੇ ਹੈ ਅਮਰitsar ਦਿੱਲੀ ਨੈਸ਼ਨਲ ਹਾਈਵੇ ਉਸ ਦੇ ਨਾਲ ਲੱਗਦੀ ਹੈ ਔਰ ਇੱਥੋਂ ਕੁਝ ਦੂਰੀ ਤੇ ਹੀ ਜਿਹੜਾ ਜਿਮ ਹੈ ਉਹ ਦੱਸਿਆ ਜਾ ਰਿਹਾ ਤਾਂ ਆਪਣੇ ਘਰ ਤੋਂ ਇਸ ਪਾਸੇੋਂ ਜੇਕਰ ਮੈਂ ਦਿਖਾਊਗਾ ਤਸਵੀਰ ਤਾਂ ਹੋਰ ਸਹੀ ਤਰੀਕੇ ਦੇ ਨਾਲ ਸਮਝ ਸਕਣਗੇ ਸਾਡੇ ਦਰਸ਼ਕ ਤਾਂ ਇਸ ਥਾਂ ਤੋਂ ਮੈਂ ਜਿੱਥੇ ਮੈਂ ਇਸ ਵੇਲੇ ਖੜਾ ਉੱਥੋਂ ਮੈਂ ਦਿਖਾਊਗਾ ਕਿ ਇਹ ਜਿਹੜੀ ਨੈਸ਼ਨਲ ਹਾਈਵੇ ਵਾਲੇ ਪਾਸੇ ਰੋਡ ਆ ਰਹੀ ਹੈ ਅੱਗੇ ਹੋਰ ਪਿੰਡਾਂ ਨੂੰ ਜਾਂਦੀ ਹੈ ਔਰ ਇੱਥੇ ਸੜਕ ਉੱਤੇ ਹੀ ਇਹ ਜਿਹੜਾ ਘਰ ਹੈ ਸੁਖਚੈਨ ਸਿੰਘ ਦਾ ਤੁਸੀਂ ਦੇਖੋ ਕਿ ਇਹ 메인 게ਟ ਹੈ ਔਰ 메인 게ਟ ਤੇ ਵੀ ਬਾਹਰ ਇੱਕ CCTV ਕੈਮਰਾ ਲੱਗਿਆ ਹੋਇਆ ਤਾਂ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਆਮੂਮਨ ਵੱਡੇ ਘਰ ਹੁੰਦੇ ਨੇ ਖੁੱਲੇ ਵੇੜੇ ਹੁੰਦੇ ਨੇ ਤਾਂ ਉਸੇ ਤਰ੍ਹਾਂ ਇਹ ਵੀ ਘਰ ਬਣਿਆ ਹੋਇਆ ਪਰ ਕਿਉਂਕਿ ਐਨਆਰਆਈ ਨੇ ਸੁਖਚੈਨ ਸਿੰਘ ਤਾਂ ਉਹਨਾਂ ਨੇ ਜਿਹੜਾ ਹਾਈ ਟੈਕ ਜਿਹੜੇ ਉਪਕਰਨ ਹੁੰਦੇ ਨੇ ਸੁਰੱਖਿਆ ਦੇ ਲਈ ਸਿਕਿਉਰਿਟੀ ਪੁਆਇੰਟ ਆਫ 뷰 ਦੇ ਨਾਲ ਤਾਂ ਉਹ ਜਿਹੜੇ ਇੱਕ ਵਧੀਆ ਕੁਆਲਿਟੀ ਦੇ ਜਿਹੜੇ CCTV ਕੈਮਰੇ ਨੇ ਉਹ ਉਹਨਾਂ ਦੇ ਘਰ ਦੇ ਵਿੱਚ ਲੱਗੇ ਹੋਏ ਨੇ ਤਾਂ ਇਥੋਂ ਜਦੋਂ ਘਰ ਦੇ ਵਿੱਚ ਅਸੀਂ ਐਂਟਰ ਹੁੰਨੇ ਆ ਸਾਹਮਣੇ ਗੱਡੀ ਤੁਸੀਂ ਦੇਖ ਸਕਦੇ ਕਿ ਮਰਸੀਡੀਜ਼ ਗੱਡੀ ਜਿਸ ਦਾ ਸਵੇਰ ਤੋਂ ਹੀ ਲਗਾਤਾਰ ਜ਼ਿਕਰ ਹੋ ਰਿਹਾ ਕਿਉਂਕਿ ਉਹ ਦੋਵੇਂ ਜਿਹੜੇ ਬਦਮਾਸ਼ ਨੇ ਜਿਹੜੇ ਹਮਲਾਵਰ ਦੇ ਉਹ ਆ ਕੇ ਸਭ ਤੋਂ ਪਹਿਲਾਂ ਇਸ ਗੱਡੀ ਦੀ ਆਰ ਸੀ ਜਿਹੜੀ ਆ ਉਸ ਦੀ ਮੰਗ ਕਰਦੇ ਨੇ ਉਸ ਤੋਂ ਬਾਅਦ ਜਦੋਂ ਸੁਖਚੈਨ ਸਿੰਘ ਵੱਲੋਂ ਅੱਗੋਂ ਸਵਾਲ ਕੀਤਾ ਜਾਂਦਾ ਕਿ ਤੁਸੀਂ ਕੌਣ ਲੋਗ ਤੁਸੀਂ ਕਿਉਂ ਮੇਰੀ ਗੱਡੀ ਦੇ ਆਰਸੀ ਮੰਗ ਰਹੇ ਹੋ ਕਿਉਂਕਿ ਤੁਹਾਡੇ ਕੋਲ ਕੀ ਅਥਾਰਟੀ ਹੈ ਤਾਂ ਬਾਅਦ ਦੇ ਵਿੱਚ ਉਹਨਾਂ ਵੱਲੋਂ ਉਸ ਦਾ ਪਿੱਛਾ ਕਰਕੇ ਜਦੋਂ ਗਨ ਪੁਆਇੰਟ ਤੇ ਉਹਨਾਂ ਨੂੰ ਲੈ ਲਿਆ ਜਾਂਦਾ ਤਾਂ ਫਿਰ ਸੁਖਚੈਨ ਸਿੰਘ ਆਪਣੀ ਜਾਨ ਬਚਾਉਣ ਦੇ ਲਈ ਆਪਣੇ ਘਰ ਦੇ ਅੰਦਰ ਵਾਲੇ ਪਾਸੇ ਨੂੰ ਭੱਜਦੇ ਨੇ ਪਰ ਉਹ ਲੋਗ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਉਹ ਘਰ ਦੇ ਅੰਦਰ ਦਾਖਲ ਹੋ ਕੇ ਹੀ ਜਿਹੜੀਆਂ ਗੋਲੀਆਂ ਨੇ ਉਹ ਚਲਾਈਆਂ ਗਈਆਂ ਤਾਂ ਹੁਣ ਇਸ ਪੂਰੇ ਮਾਮਲੇ ਤੋਂ ਬਾਅਦ ਅਸੀਂ ਕਹਿ ਸਕਦੇ ਕਿ ਕਿਉਂਕਿ ਇੱਕ ਐਨਆਰਆਈ ਦੇ ਉੱਤੇ ਜਦੋਂ ਹਮਲਾ ਹੁੰਦਾ ਤਾਂ ਪੂਰੀ ਦੁਨੀਆ ਭਰ ਦੇ ਵਿੱਚ ਜਿਹੜੇ ਪੰਜਾਬੀ ਖਾਸ ਤੌਰ ਤੇ ਰਹਿੰਦੇ ਨੇ ਤਾਂ ਖਬਰ ਉਹਨਾਂ ਤੱਕ ਵੀ ਪਹੁੰਚਦੀ ਹੈ ਤਾਂ ਹੁਣ ਹਰ ਕੋਈ ਇਹ ਡਿਮਾਂਡ ਕਰ ਰਿਹਾ ਕਿ ਪੁਲਿਸ ਜਲਦ ਤੋਂ ਜਲਦ ਇਨਵੈਸਟੀਗੇਸ਼ਨ ਕਰੇ ਔਰ ਪੂਰੇ ਮਾਮਲੇ ਦੇ ਉੱਤੇ ਜਿਹੜਾ ਪਰਦਾ ਹੈ ਉਹ ਹਟਾਇਆ ਜਾਵੇ ਕਿ ਆਖਿਰਕਾਰ ਜਿਹੜੇ ਦੋ ਲੋਕ ਜਿਹੜੇ ਹਮਲਾਵਰ ਪਹੁੰਚੇ ਸੀ ਉਹ ਕੌਣ ਸੀ ਔਰ ਉਹਨਾਂ ਦੀ ਅਸਲ ਮੰਸ਼ਾ ਕੀ ਸੀ ਵਜ੍ਹਾ ਕੀ ਸੀ ਔਰ ਕਿਉਂਕਿ ਪਰਿਵਾਰ ਦੇ ਵਿੱਚ ਭਾਵੇਂ ਉਹਨਾਂ ਦਾ ਨਿਸ਼ਾਨਾ ਸੁਖਚੈਨ ਸਿੰਘ ਸੀ ਪਰ ਘਰ ਦੇ ਵਿੱਚ ਜਿਸ ਤਰ੍ਹਾਂ